ਹੁਣ ਵੇਖੋ ਇੰਨੇ ਵਧੀਆ ਇੰਨੇ ਟੇਸਟੀ ਤੇ ਥੋੜੇ ਜੇ ਤੇਲ ਨਾਲ ਇੰਨੇ ਹੈਲਦੀ ਬਿਨ ਸੂਜੀ ਦਾ ਤੇ ਦਹੀਂ ਦਾ ਨਾਸ਼ਤਾ ਬਣ ਕੇ ਰੈਡੀ ਹੋਇਆ ਤੇ ਜੇ ਮੈਂ ਤੁਹਾਨੂੰ ਇਹਦੀ ਜਾਲੀ ਵਿਖਾਵਾਂ ਤਾਂ ਜਾਲੀ ਇਹਦੀ ਬਿਲਕੁਲ ਬ੍ਰੈਡ ਨਾਲੋਂ ਵੀ ਜ਼ਿਆਦਾ ਸੋਫਟ ਬਣੀ ਹੈ ਬੜੀ ਵਧੀਆ ਬਿ ਕੋ ਐ ਨਹੀਂ ਹੈਗਾਗਾ ਵਿੱਚੋਂ ਸਟਿੱਕੀ ਜੇ ਹੋਣਗੇ ਜਾਂ ਕਿਵੇਂ ਹੋਣਗੇ ਵੇਖੋ ਇੰਨੀ ਵਧੀਆ ਜਾਲੀ ਬਣੀ ਹੈ ਤਾਂ ਵੀਰ ਆਓ ਆਪਾਂ ਫਿਰ ਵੇਖੀਏ ਵੀ ਆਪਾਂ ਸੂਜੀ ਦਾ ਤੇ ਦਹੀਂ ਦਾ ਹੈਲਦੀ ਜਨ ਨਾਸ਼ਤਾ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰਮਜੀਤ ਸਿੰਘ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਅੱਜ ਆਪਾਂ ਬਣਾਵਾਂਗੇ ਸੂਜੀ ਤੋਂ ਤੇ ਦਹੀਂ ਤੋਂ ਬਹੁਤ ਹੈਲਦੀ ਜਨ ਨਾਸ਼ਤਾ ਜਿਹਦੇ ਵਾਸਤੇ ਆਪਾਂ 1 ਕੱਪ ਸੂਜੀ ਦਾ ਲੈ ਲਿਆ ਇਹ ਮੈਂ ਛਾਣ ਕੇ ਲੈ ਚੁੱਕੀ ਹਾਂ 1 ਕੱਪ ਸੂਜੀ ਦਾ ਤਾਂ ਅੱਧਾ ਆਪਾਂ ਦਹੀਂ ਪਾਵਾਂਗੇ ਅੱਧਾ ਕੱਪ ਦਹੀਂ ਪਾਵਾਂਗੇ ਇਹਦੇ ਵਿੱਚ ਇਹਨਾਂ ਦੋਨਾਂ ਨੂੰ ਮਿਕਸ ਕਰ ਲਵਾਂਗੇ ਆਪਾਂ ਪਹਿਲਾਂ ਮੈਜ਼ਰਿੰਗ ਕਰਨ ਲਈ ਕੋਈ ਵੀ ਘਰ ਦਾ ਕੱਪ ਕਟੋਰੀ ਕੋਈ ਵੀ ਆਪਾਂ ਕੁਝ ਵੀ ਲੈ ਸਕਦੇ ਹਾਂ। ਹੁਣ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਸੂਜੀ ਹੈ ਜਿਹੜੀ ਉਹ ਪਾਣੀ ਜ਼ਿਆਦਾ ਸੋਖਦੀ ਹੈ ਤਾਂ ਇਹਦੇ ਵਿੱਚ ਫਿਰ ਆਪਾਂ ਅੱਧਾ ਕੱਪ ਜਿਹੜਾ ਇਹ ਕੱਪ ਨਾਲ ਮੈਜ਼ਰ ਕਰਕੇ ਆਪਾਂ ਦਹੀਂ ਲਿਆ ਸੀ ਉਹੋ ਹੀ ਆਪਾਂ ਇੱਕ ਪੂਰਾ ਅੱਧਾ ਕੱਪ ਪਾਣੀ ਦਾ ਹੋਰ ਪਾ ਦਵਾਂਗੇ। ਅੱਧਾ ਕੱਪ ਦਹੀਂ ਹੋ ਗਿਆ ਤੇ ਅੱਧਾ ਕੱਪ ਪਾਣੀ ਹੋ ਗਿਆ। ਇਹਨਾਂ ਨੂੰ ਹੁਣ ਆਪਾਂ ਮਿਕਸ ਕਰਕੇ ਵੇਖਦੇ ਹਾਂ ਪਰ ਦਹੀਂ ਆਪਣਾ ਬੈਟਰ ਆਪਣਾ ਹਜੇ ਵੀ ਬਹੁਤ ਜ਼ਿਆਦਾ ਠਿੱਕ ਹੈ। ਫਿਰ ਤੋਂ ਆਪਾਂ ਉਹੀ ਕੱਪ ਫੇਰ ਮੇజర్ ਕਰ ਲਾਂਗੇ ਮਤਲਬ ਪੂਰਾ ਕੱਪ ਪਾਣੀ ਦਾ ਹੋ ਗਿਆ ਇਹ ਤਾਂ ਹੁਣ ਇਹ ਥੋੜਾ ਥੋੜਾ ਪਾ ਕੇ ਜਿੰਨਾ ਕੋ ਆਪਣਾ ਰਿਕੁਆਇਰ ਹੋਊਗੀ ਓਨੇ ਹੀ ਕੀ ਆਪਾਂ ਦਹੀਂ ਦੇ ਵਿੱਚ ਆਪਾਂ ਇਹ ਸੂਜੀ ਦੇ ਵਿੱਚ ਤੇ ਦਹੀਂ ਦੇ ਵਿੱਚ ਪਾਣੀ ਪਾਵਾਂਗੇ ਇਹਨੂੰ ਇੱਕ ਜਾਣ ਕਰ ਲਾਂਗੇ ਬਸ ਇਸ ਤਰ੍ਹਾਂ ਦਾ ਬੈਟਰ ਬਣਾ ਕੇ ਤਾਂ ਇਹਨੂੰ ਹੁਣ ਆਪਾਂ 10 ਮਿੰਟ ਵਾਸਤੇ ਸਾਈਡ ਤੇ ਰੱਖ ਦਾਂਗੇ ਕੋਲੋਂ ਆਪਾਂ ਫਿਲਿੰਗ ਤਿਆਰ ਕਰਦੇ ਆਂ ਚਮਚ ਡੇਢ ਕ ਚਮਚ ਆਪਾਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਪਾ ਲਿਆ ਵਿੱਚ ਥੋੜੀ ਜੀ ਆਪਾਂ ਜਦੋਂ ਗਰਮ ਹੋ ਗਿਆ ਤਾਂ ਹਿੰਗ ਪਾ ਲਈ ਇੱਕ ਚਮਚ ਭਰ ਕੇ ਆਪਾਂ ਦੇਸੀ ਸਰੋਂ ਦਾ ਪਾ ਲਿਆ ਸਰੋਂ ਦਾ ਪਾ ਲਈਏ ਭਾਵੇਂ ਰਾਈ ਦਾ ਪਾ ਲਈਏ ਉਹ ਆਪਣੀ ਆਪ ਦੀ ਮਰਜ਼ੀ ਹੈ ਥੋੜਾ ਜਿਹਾ ਕੜੀ ਪੱਤਾ ਵੀ ਧੋ ਕੇ ਮੈਂ ਵਿੱਚ ਪਾ ਲਿਆ ਤਾਂ ਥੋੜਾ ਜਿਹਾ ਬਿਲਕੁਲ ਬਰੀਕ ਬਰੀਕ ਕਟਿੰਗ ਕਰਕੇ ਆਪਾਂ ਪਾ ਲਿਆ ਅਦਰਕ ਉਹਨੂੰ ਵੀ ਥੋੜਾ ਜਿਹਾ ਭੁੰਨ ਲਿਆ ਅਦਰਕ ਤੋਂ ਬਾਅਦ ਹੁਣ ਆਪਾਂ ਪਾ ਦਵਾਂਗੇ ਕਟਿੰਗ ਕੀਤਾ ਹੋਇਆ ਪਿਆਜ਼ ਪਿਆਜ਼ ਦਾ ਆਪਾਂ ਜਿਹੜੀਆਂ ਹਰੀਆਂ ਭੂਕਾਂ ਸਾਈਡ ਤੇ ਕਟਿੰਗ ਕੀਤੀਆਂ ਉਹ ਨਹੀਂ ਹਜੇ ਆਪਾਂ ਪਾਵਾਂਗੇ ਜਦੋਂ ਇਹ ਭੁੱਜ ਗਏ ਤਾਂ ਫਿਰ ਵਿੱਚ ਉਹ ਵੀ ਪਾ ਦਵਾਂਗੇ ਤਾਂ ਦੋ ਹਰੀਆਂ ਮਿਰਚਾਂ ਪਾ ਦਾਂਗੇ ਆਪਾਂ ਕਟਿੰਗ ਕਰਕੇ ਇਹਦੇ ਵਿੱਚ ਬਾਕੀ ਮਿਰਚਾਂ ਮਿਰਚਾਂ ਤੋਂ ਤੁਸੀਂ ਮਿਰਚ ਆਪਣੇ ਟੇਸਟ ਦੇ ਅਕੋਰਡਿੰਗ ਰੱਖੋ ਜਿੰਨਾ ਕਿ ਤੁਸੀਂ ਤਿੱਖਾ ਤੁਹਾਡੀ ਫੈਮਿਲੀ ਖਾਂਦੀ ਹੈ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਹਿਲਾ ਕੇ ਤੇ ਚੰਗੀ ਤਰ੍ਹਾਂ ਚੀਕ ਲਵਾ ਲਾਂਗੇ ਹੁਣ ਵਿੱਚ ਆਪਾਂ ਮਸਾਲੇ ਮਿਕਸ ਕਰਾਂਗੇ ਸਿੰਧਾ ਨਮਕ ਤੇ ਕਾਲਾ ਨਮਕ ਥੋੜੀ ਜੀ ਆਪਾਂ ਪਾਵਾਂਗੇ ਹਲਦੀ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਗਰਮ ਮਸਾਲਾ ਥੋੜੀ ਜੀ ਪਾ ਦਾਂਗੇ ਲਾਲ ਮਿਰਚ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ ਤਾਂ ਥੋੜੀ ਜੀ ਪਾ ਦਾਂਗੇ ਆਪਾਂ ਤਾਜੀ ਕੁਟੀ ਕਾਲੀ ਮਿਰਚ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਨੀਚੇ ਤੋਂ ਗੈਸ ਮੈਂ ਬਿਲਕੁਲ ਸਲੋ ਕੀਤੀ ਹੋਈ ਹੈ ਕਿਉਂਕਿ ਨਹੀਂ ਸੁੱਕੇ ਮਸਾਲੇ ਐ ਤਾਂ ਜਲ ਜਾਣਗੇ ਹੁਣ ਇਹਨਾਂ ਦੇ ਵਿੱਚ ਆਪਾਂ ਨਾ ਆਲੂ ਮੈਸ਼ ਕਰਕੇ ਆਪਾਂ ਮੈਸ਼ ਕਰਕੇ ਪਾ ਦਈਏ ਪਾਵੇਂ ਆਪਾਂ ਉਹਨਾਂ ਨੂੰ ਕद्दूकस ਕਰਕੇ ਪਾ ਦਈਏ ਉਹ ਆਪਣੀ ਆਪ ਦੀ ਮਰਜ਼ੀ ਐ ਪਰ ਅੱਜ ਮੈਂ ਕद्दूकस ਨਹੀਂ ਕੀਤੇ ਵੈਸੇ ਮੈਸ਼ ਹੀ ਕਰ ਲਏ ਸੀਗੇ ਲੋਚ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਾਂਗੇ ਇੱਕ ਵਾਰੀ ਮोटा-ਮोटा ਜਿਹਾ ਇੱਕ ਵਾਰੀ ਇਹ ਮੇ ਹੀ ਕਰ ਲਵਾਂਗੇ ਮਿਕਸ ਤਾਂ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਥੋੜੀ ਜੀ ਅਜਵੈਨ ਹੁਣ ਇਹਨੂੰ ਉੱਤਰ نیچے ਉਤਾਰ ਕੇ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨਾ ਭਾਵੇਂ ਤਾਂ ਇਸੇ ਤਰ੍ਹਾਂ ਹੀ ਆਪਾਂ ਕੜਚੀ ਜਾਂ ਚਮਚ ਦੀ ਹੈਲਪ ਨਾਲ ਹੀ ਮੇਧ ਲਈਏ ਪੂਰੀ ਤਰ੍ਹਾਂ ਤੇ ਭਾਵੇਂ ਆਪਾਂ ਇਹਨੂੰ ਮੈਸ਼ਰ ਨਾਲ ਮੈਸ਼ ਕਰ ਲਈਏ ਚੰਗੀ ਤਰ੍ਹਾਂ ਮੈਸ਼ ਕਰਕੇ ਫਿਰ ਵਿੱਚ ਆਪਾਂ ਪਾ ਦਾਂਗੇ ਫਰੈਸ਼ ਹਰਾ ਧਨੀਆ ਲੋ ਜੀ ਫੀਲਿੰਗ ਆਪਣੀ ਤਿਆਰ ਹੋ ਗਈ ਹੈ ਹੁਣ ਹੱਥ ਛੂਣਯੋਗ ਵੀ ਹੋ ਗਈ ਹੈ ਤਾਂ ਹੁਣ ਇਹਦੀਆਂ ਨਾ ਨਿੰਬੂ ਦੇ ਆਕਾਰ ਦੇ ਨਹੀਂ ਕਿਨ ਕਿ ਆਪਾਂ ਗੋਲੀਆਂ ਵੱਟ ਲਾਂਗੇ ਵੀਵਰਸ ਵੀਡੀਓ ਦੇ ਚਲਦੇ ਚਲਦੇ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਮੇਰੇ ਚੈਨਲ ਨੂੰ ਹੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਮੇਤ ਘੰਟੀ ਲਓ ਜੀ ਇੱਕ ਵਾਰੀ ਆਪਾਂ ਨਿੰਮ ਨਿੰਬੂ ਦੇ ਆਕਾਰ ਦੇ ਸਾਈਡ ਤੋਂ ਕੱਢ ਕੱਢ ਕੇ ਗੋਲ ਗੋਲ ਰੱਖ ਲਏ ਸੀ ਹੁਣ ਇਹਨਾਂ ਨੂੰ ਥੋੜਾ ਜਨਾ ਗੋਲ ਗੋਲ ਘੁਮਾ ਕੇ ਤੇ ਚਪਟਾ ਕਰਕੇ ਇਸ ਤਰ੍ਹਾਂ ਟਿੱਕੀ ਦੀ ਸ਼ੇਪ ਦੇ ਲਾਂਗੇ ਨਿੱਕੀ ਨਿੱਕੀ ਆਪਾਂ ਸਾਰੀਆਂ ਆਪਾਂ ਇਸੇ ਤਰ੍ਹਾਂ ਹੀ ਹੁਣ ਤਿਆਰ ਕਰ ਲਾਂਗੇ ਲਓ ਜੀ ਇਹ ਆਪਣਾ ਫਿਲਿੰਗ ਆਪਣੀ ਤਿਆਰ ਹੋ ਚੁੱਕੀ ਹੁਣ ਆਪਾਂ ਦੇਖਦੇ ਹਾਂ ਸੂਜੀ ਦਾ ਕੀ ਹਾਲ ਚਾਲ ਹੈ ਸੂਜੀ ਹਜੇ ਵੀ ਆਪਾਂ ਨੂੰ ਥੋੜੀ ਥਿੱਕ ਲੱਗ ਰਹੀ ਹੈ ਤਾਂ ਉਹ ਵਿੱਚ ਹੋਰ ਚਮਚ ਡੇਢ ਕੇ ਚਮਚ ਆਪਾਂ ਹੋਰ ਪਾਣੀ ਦਾ ਪਾ ਲਾਂਗੇ ਇਹ ਉਹ ਪਹਿਲੇ ਪਾਣੀ ਦੇ ਵਿੱਚੋਂ ਹੀ ਰੱਖਿਆ ਹੋਇਆ ਪਾਣੀ ਮੈਂ ਲਓ ਜੀ ਸਾਰਾ ਮਿਕਸਚਰ ਤਿਆਰ ਕਰਨ ਤੇ ਆਪਣੇ 1 ਕੱਪ ਦੇ ਵਿੱਚੋਂ 2 ਚਮਚ ਹੀ ਪਾਣੀ ਦੇ ਵਧੇ ਤਾਂ ਹੁਣ ਇਸ ਬੈਟਰ ਦੇ ਵਿੱਚ ਆਪਾਂ ਪਾ ਦਾਂਗੇ 1/4 ਕੱਪ ਚਮਚ ਤੋਂ ਵੀ ਘੱਟ ਆਪਾਂ ਪਾ ਦਾਂਗੇ ਮਿੱਠਾ ਸੋਡਾ ਤਾਂ ਅੱਧਾ ਚਮਚ ਪਾ ਦਾਂਗੇ ਆਪਾਂ ਨਮਕ ਦਾ ਤੇ ਥੋੜੀ ਜੀ ਪਾ ਦਾਂਗੇ ਆਪਾਂ ਕਾਲੀ ਮਿਰਚ ਕਿਉਂ ਵਿੱਚ ਤਾਂ ਫੀਲਿੰਗ ਹੈ ਹੀ ਹੈ ਤੇ ਬਾਹਰਲਾ ਜਿਹੜਾ ਬੇਸ ਹੈ ਉਹਦਾ ਉਹਦੇ ਤੇ ਵੀ ਉਹ ਵੀ ਥੋੜਾ ਫਿਰ ਨਮਕੀਨ ਹੋਵੇ ਤਾਂ ਜ਼ਿਆਦਾ ਟੇਸਟੀ ਲੱਗਦਾ ਮੈਂ ਆਪਣੇ ਨਮਕਦਾਨੀ ਦੇ ਵਿੱਚ ਜਿਵੇਂ ਛੋਟੀਆਂ-ਛੋਟੀਆਂ ਕਟੋਰੀਆਂ ਨਹੀਂ ਹੁੰਦੀਆਂ ਗੀਆਂ ਜਿਹੜੀਆਂ ਲੂਣ ਮਿਰਚ ਮਸਾਲਾ ਪਾਉਣ ਵਾਲੀਆਂ ਮੈਂ ਉਹ ਲੈ ਲੈ ਰਹੀਆਂ ਤੇ ਜੇ ਤੁਹਾਡੇ ਕੋਲ ਛੋਟੀਆਂ-ਛੋਟੀਆਂ ਕਟੋਰੀਆਂ ਹੈਗੀਆਂ ਤਾਂ ਉਹ ਲੈ ਲਓ ਤੇ ਇਹਨਾਂ ਨੂੰ ਆਪਾਂ ਦੋ ਕ ਬੂੰਦ ਤੇਲ ਪਾ ਕੇ ਸਾਰੀਆਂ ਨੂੰ ਆਪਾਂ ਗ੍ਰੀਸ ਕਰ ਲਿਆ ਵਿੱਚੋਂ ਕਿਉਂਕਿ ਫਿਰ ਆਪਣਾ ਨਾ ਬੈਟਰ ਚੰਗੀ ਤਰ੍ਹਾਂ ਮਿੰਟੋ ਵਿੱਚ ਅਬੀ ਬਣਿਆ ਹੋਇਆ ਮਟੀਰੀਅਲ ਬਹੁਤ ਜਲਦੀ ਨਿਕਲਦਾ ਹੈ ਇਸ ਤਰ੍ਹਾਂ ਦੋ ਚਮਚਾ ਆਪਾਂ نیچے ਪਾ ਕੇ ਦੋ ਢਾਈ ਚਮਚ ਤਾਂ ਉਹਨਾਂ ਨੂੰ ਹਲਾ ਕੇ ਜੇ ਤੇ ਇੱਕੋ ਜਿਹਾ ਕਰ ਲਾਂਗੇ نیچے ਤੋਂ ਤੇ ਇਹਨਾਂ ਇਹਨਾਂ ਸਾਰੀਆਂ ਕੌਲੀਆਂ ਚ ਪਾ ਲਿਆ ਹੁਣ ਇਹਦੇ ਉੱਤੇ ਜਿਹੜੇ ਆਪਾਂ ਫੀਲਿੰਗ ਤਿਆਰ ਕੀਤੀ ਸੀਗੀ ਆਲੂਆਂ ਦੀ ਤਾਂ ਉਹ ਰੱਖ ਦਾਂਗੇ ਜ਼ਿਆਦਾ ਨੱਪਾਂਗੇ ਨਹੀਂ ਆਪਾਂ ਬਸ ਸੈਂਟਰ ਜਿਹਦੇ ਵਿੱਚ ਸੈੱਟ ਕਰ ਦੇਵਾਂਗੇ ਤਾਂ ਨਾਲ ਮੈਂ ਦੋ ਮੋਲਡ ਵੀ ਲੈ ਲਏ ਸੀ ਗਿਸੀਲੀ ਕੋਨ ਦੇ ਮੋਲਡ ਵੀ ਉਹਨਾਂ ਨੂੰ ਵੀ ਆਪਾਂ ਇੱਕ ਇੱਕ ਅਰਤੀ ਦੀ ਬੂੰਦ ਪਾ ਕੇ ਤੇਲ ਦੀ ਤੇ ਉਹਨਾਂ ਨੂੰ ਵਿੱਚੋਂ ਪੂਰੀ ਤਰ੍ਹਾਂ ਪਗਰੀਸ ਕਰ ਲਿਆ ਸੀ ਤਾਂ ਇੱਕ ਇੱਕ ਚਮਚ ਆਪਾਂ ਇਹਦੇ ਵਿੱਚ ਵੀ ਬੈਟਰ ਦਾ ਪਾ ਦਾਂਗੇ ਤਾਂ ਇਹਦੇ ਵਿੱਚ ਜੋ ਥੋੜੇ ਜਿਹਾ ਸਿਲੰਡਰਿਕਲ ਜੇ ਤਿਆਰ ਕੀਤੇ ਸੀ ਆਪਾਂ ਉਹ ਰੱਖ ਦੇਵਾਂਗੇ ਦੋਨਾਂ ਦੇ ਵਿੱਚ ਲੋਚ ਹੁਣ ਜਿਹੜਾ ਬਚ ਗਿਆ ਬੈਟਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਇਨੋ ਸਾਲਟ ਪਾਵਾਂਗੇ ਫਰੂਟ ਸਾਲਟ ਇਨੋ ਪਾ ਦਵਾਂਗੇ ਤਾਂ ਥੋੜਾ ਜਿਹਾ ਉਹਦੇ ਤੇ ਦੋ ਕਪੂਨ ਦਾ ਪਾਣੀ ਪਾ ਕੇ ਜਦੋਂ ਐਕਟੀਵੇਟ ਹੋ ਗਿਆ ਤਾਂ ਫਿਰ ਫਟਾਫਟ ਆਪਾਂ ਸਾਰਿਆਂ ਕਟੋਰੀਆਂ ਦੇ ਵਿੱਚ ਉੱਤੇ ਇੱਕ ਇੱਕ ਡੇਢ ਡੇਢ ਚਮਚ ਉੱਤੇ ਪਾਈ ਜਾਵਾਂਗੇ ਜਿਹੜਾ ਕਿ ਆਪਣੀ ਜਿਹੜੀ ਫੀਲਿੰਗ ਹੈ ਉਹਨੂੰ ਬਿਲਕੁਲ ਕਵਰ ਕਰ ਲਵੇ ਲੋ ਜੀ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਕਟੋਰੀਆਂ ਦੇ ਉੱਤੇ ਪਾ ਦਾਂਗੇ ਤੇ ਹੁਣ ਕੋਲੋਂ ਮੈਂ ਜਦੋਂ ਕਟੋਰੀਆਂ ਭਰ ਰਹੀ ਸੀ ਨਾ ਤਾਂ ਪਾਣੀ ਲੋਹੇ ਦੀ ਕੜਾਈ 'ਚ ਰੱਖ ਦਿੱਤਾ ਸੀ ਇਹਦੇ ਉੱਤੇ ਮੈਂ ਦੁੱਧ ਵਾਲੀ ਜਾਲੀ ਢਾ ਰਹੀ ਆ ਤੇ ਜਿਹੜਾ ਹੁੰਦਾ ਉਪਰੋਂ ਡੰਡੀ ਵਾਲਾ ਹਿੱਸਾ ਉਹ نیچے ਨੂੰ ਕਰ ਦਿੱਤਾ ਹੈ ਤਾਂ ਇਹਦੇ ਉੱਪਰ ਆਪਾਂ ਸਾਰੀਆਂ ਕਟੋਰੀਆਂ ਰੱਖ ਦੇਵਾਂਗੇ ਲੋ ਜੀ ਜਿਹੜੇ ਨਾਲ ਕੋਲ ਆਪਣੇ ਦੋ ਆਪਣੇ ਕੋਲੇ ਹੈਗੇ ਅਸੀਂ ਇਹਨੂੰ ਦੇ ਮੋਲਡ ਉਹ ਵੀ ਆਪਾਂ ਵਿੱਚੇ ਹੀ ਰੱਖ ਕੇ ਤਾਂ ਉੱਪਰੋਂ ਕਿਸੇ ਚੀਜ਼ ਨਾਲ ਨਾ ਆਪਾਂ ਟੱਕ ਦੇਵਾਂਗੇ ਤਾਂ ਇਹਨਾਂ ਨੂੰ ਹੁਣ ਆਪਾਂ 10 ਮਿੰਟ ਵਾਸਤੇ ਨਾ ਪੱਕਣ ਵਾਸਤੇ ਰੱਖ ਦੇਵਾਂਗੇ ਪਾਹ ਲੋ ਜੀ 10 ਮਿੰਟ ਹੋ ਗਏ ਐ ਤੇ ਭਾਫ਼ ਨਾਲ ਬਣ ਕੇ ਤਿਆਰ ਹੋਇਆ ਨਾਸ਼ਤਾ ਵੈਸੇ ਹੀ ਭਾਫ਼ ਨਾਲ ਤਾਂ ਬਣਿਆ ਭੋਜਨ ਬਹੁਤ ਹੈਲਦੀ ਹੁੰਦਾ ਹੈ ਗੈਸ ਦੀ ਫਲੇਮ ਕਰਾਂਗੇ ਆਪਾਂ ਆਫ ਤੇ ਆਪਾਂ ਸਾਰੀਆਂ ਕਟੋਰੀਆਂ ਬਾਹਰ ਕੱਢ ਲਵਾਂਗੇ ਇਹ ਹਜੇ ਗਰਮ ਹੈ ਨਾ ਥੋੜਾ ਹਜੇ ਠੰਡਾ ਹੋਣ ਦੇਵਾਂਗੇ ਤਸਲੀ ਕੋਹnde ਮੋਲਡ ਤਾਂ ਮਿੰਟੋ ਮਿੰਟੀ ਨਿਕਲ ਜਾਣਗੇ ਲੋ ਜੀ ਇਹ ਤਾਂ ਵੈਸੇ ਹੀ ਨਿਕਲ ਰਹੇ ਨੇ ਇਹ ਵੀ ਬੜੇ ਵਧੀਆ ਬਣ ਕੇ ਰੈਡੀ ਹੋਏ ਨੇ ਹੁਣ ਇਹ ਜਿਹੜੀਆਂ ਕਟੋਰੀਆਂ ਤਾਂ ਇਹਨਾਂ ਨੂੰ ਆਪਾਂ ਨਾ ਕਿਸੇ ਚਾਕੂ ਦੀ ਜਾਂ ਚਮਚ ਦੇ ਪਿਛਲੇ ਹਿੱਸੇ ਦੀ ਸਾਈਡ ਨਾਲ ਇਸ ਤਰ੍ਹਾਂ ਸਾਈਡਾਂ ਛੁਡਾ ਲਾਂਗੇ ਬਹੁਤ इजीली ਨਿਕਲ ਆਉਣਗੇ ਕਿਉਂਕਿ ਆਪਾਂ ਗ੍ਰੀਸ ਚੰਗੀ ਤਰ੍ਹਾਂ ਕੀਤਾ ਸੀਗਾ ਤਾਂ ਵੇਖੋ ਕਿੰਨਾ ਵਧੀਆ ਐਨ ਫਲਫੀ ਆਪਣਾ ਨਾਸ਼ਤਾ ਬਣ ਕੇ ਰੈਡੀ ਹੋਇਆ ਇਸੇ ਤਰ੍ਹਾਂ ਹੀ ਕਰਦੇ ਹੋਏ ਆਪਾਂ ਸਾਰੀਆਂ ਕਟੋਰੀਆਂ ਦੇ ਵਿੱਚੋਂ ਸਾਈਡਾਂ ਛੁਡਾ ਕੇ ਤਾਂ ਆਪਾਂ ਸਾਰੀਆਂ ਕਟੋਰੀਆਂ ਦੇ ਵਿੱਚੋਂ ਹੀ ਆਪਾਂ ਇਹ ਬਾਹਰ ਕੱਢ ਲਵਾਂਗੇ ਲੋ ਜੀ ਨਾਸ਼ਤਾ ਆਪਣਾ ਰੈਡੀ ਹੋ ਕੇ ਕਟੋਰੀਆਂ ਚੋਂ ਬਾਹਰ ਆ ਗਿਆ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਕਟਿੰਗ ਕਰਕੇ ਤੁਹਾਨੂੰ ਵਿਖਾਉਣੀ ਐ ਇੰਨੀ ਵਧੀਆ ਚੀਜ਼ ਲੱਗਦੀ ਐ ਖਾਣ ਦੇ ਵਿੱਚ ਤੇ ਖਾਣ ਤੋਂ ਪਹਿਲਾਂ ਵੇਖਣ ਦੇ ਵਿੱਚ ਹੀ ਬਹੁਤ ਵਧੀਆ ਚੀਜ਼ ਲੱਗਦੀ ਐ ਇਹ ਸਾਰਿਆਂ ਦੀ ਆਪਾਂ ਕਟਿੰਗ ਕਰ ਲਵਾਂਗੇ ਤੇ ਹੁਣ ਆਪਾਂ ਇਹਨਾਂ ਦੀ ਕਰਾਂਗੇ ਪਲੇਟਿੰਗ ਇਨੂ ਕਿਸੇ ਵੀ ਹਰੀ ਚਟਨੀ ਨਾਲ ਜਾਂ ਲਾਲ ਟਮੇਟੋ ਸੌਸ ਨਾਲ ਬਹੁਤ ਟੇਸਟੀ ਲੱਗਦੀ ਹੈ। ਲਓ ਜੀ ਵੀਵਰਸ ਇੰਨਾ ਵਧੀਆ ਆਪਦਾ ਮਨਪਸੰਦ ਥੋੜੇ ਜਿਹਾ ਇੱਕ ਡੇਢ ਚਮਚ ਤੇਲ ਨਾਲ ਬਣਿਆ ਹੋਇਆ ਸੂਜੀ ਤੇ ਦਹੀਂ ਦਾ ਵਧੀਆ ਟੇਸਟੀ ਨਾਸ਼ਤਾ ਹੈਲਦੀ ਨਾਸ਼ਤਾ ਬਣ ਕੇ ਰੈਡੀ ਹੈ। ਤਾਂ ਵੀਵਰਸ ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਹਨੂੰ ਲਾਈਕ ਕਰਨਾ ਫੈਮਿਲੀ ਫਰੈਂਡ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਜੋ ਵੀਵਰਸ ਮੇਰੇ ਚੈਨਲ ਤੇ ਫਸਟ ਟਾਈਮ ਵੀਡੀਓ ਵੇਖ ਰਹੇ ਆ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਘੰਟੀ ਵਾਲਾ ਬਟਨ ਆਲ ਤੇ ਪ੍ਰੈਸ ਕਰ ਦੇਣਾ ਤਾਂਕਿ ਮੇਰੀ ਆਉਣ ਵਾਲੀ ਨੈਕਸਟ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਮੇਰੀ ਹੈਲਦੀ ਜੇ ਨਾਸ਼ਤੇ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ